ਸਤਿ ਸ਼੍ਰੀ ਅਕਾਲ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਜਿਹੜੇ ਬੈਠੇ ਆ ਵੀਜ਼ਾ ਪ੍ਰੇਮੀ ਤੇ ਕੈਨੇਡਾ ਵਾਲੇ ਸਾਰੇ ਜਿਹੜੇ ਸਪਾਊਸ ਵੀਜ਼ਾ ਨੂੰ ਦੇਖਦੇ ਆ, ਮੈਂ ਅਮਰਜੋਤ ਸਿੰਘ ਬੋਲ ਰਿਹਾ ਇਸ ਵਕਤ। ਮੈਂ ਆਇਆ ਮੈਨ ਇੰਡੀਆ ਤੇ ਇੱਕ ਮਾਰਕੀਟ 'ਚ ਅਫਵਾਹ ਚੱਲ ਰਹੀ ਹੈ ਕਾਫੀ ਚਿਰਾਂ ਤੋਂ ਕਿ ਟਰੈਵਲ ਆਥੋਰਾਈਜੇਸ਼ਨ ਅਪਲਾਈ ਕਰ ਲਓ, ਉਹਦੇ ਨਾਲ ਵੀਜ਼ਾ ਛੇਤੀ ਆ ਜਾਂਦਾ ਹੈ ਜਾਂ ਅਪਰੂਵ ਹੁੰਦਾ ਹੈ ਕੰਮ ਜਾਂ ਹੋ ਗਿਆ ਕਿਸੇ ਦਾ, ਉਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਹੈ ਥੋੜ੍ਹੀ ਬਹੁਤ। ਦੇਖਦੇ ਹਾਂ ਕਿ ਉਹਦੇ ਵਿੱਚ ਸੱਚਾਈ ਕੀ ਹੈ, ਕਾਨੂੰਨ ਕੀ ਹੈ, ਕੋਈ ਸਕਸੈਸ ਵੀ ਹੈ ਕਿ ਉਸ ਤਰ੍ਹਾਂ ਹੀ ਇਹ ਫੋਕੀ ਗੱਲਾਂ ਨੇ। ਮੇਰੇ ਨਾਲ ਜੁੜ ਚੁੱਕੇ ਹੈ ਕੇਸ ਮੈਨੇਜਰ ਮੇਰੇ ਫਰੋਮ ਐਡਮਿੰਟਨ ਕੈਨੇਡਾ, ਸੁਖਮਨਜੀਤ ਸਿੰਘ। ਸੁਖਮਨਜੀਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਰ, ਤੇ ਜਿਹੜੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਆ ਮੇਰੇ ਵੱਲੋਂ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸੁਖਮਨ ਜੀ, ਕੀ ਹੈ ਮਾਰਕੀਟ ਜੀ, ਕੀ ਇੱਕ ਅਫਵਾਹ ਹੈ? ਕਈ ਵੀਜ਼ਾ ਕੰਸਲਟੈਂਟ ਪੰਜਾਬ ਵਾਲੇ ਵੀ ਕਹਿ ਰਹੇ ਹੈ ਕਿ ਵੀ ਟਰੈਵਲ ਆਥੋਰਾਈਜੇਸ਼ਨ ਜੇ ਅਪਲਾਈ ਕਰਾਂਗੇ ਤੇ ਵੀਜ਼ਾ ਆ ਜਾਏਗਾ, ਜਿਹੜਾ ਕੇਸ ਬਹੁਤ ਚਿਰਾਂ ਤੋਂ ਰੁਕਿਆ ਹੋਇਆ ਹੈ, ਸਮਥਿੰਗ ਕੋਈ ਵੀਜ਼ਾ ਅਪਰੂਵਲ ਵੀ ਹੋ ਜਾਏਗੀ, ਇਸ ਦਾ ਇਨੀ ਰਿਐਲਿਟੀ ਕੀ ਕਹਿ ਰਹੇ ਹੈ ਕੈਨੇਡਾ ਵਾਲੇ, ਉੱਥੇ ਕੀ ਕਹਿ ਰਹੇ ਹੈ ਤੇ ਫਿਰ ਪੰਜਾਬ ਵਾਲੇ ਕੀ ਕਹਿ ਰਹੇ ਹੈ? ਸਰ, ਜਦੋਂ ਇਹ ਗੱਲ ਚੱਲੀ ਸੀ ਉਦੋਂ ਇਹ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਇੱਕ ਅਫਵਾਹ ਹੋ ਸਕਦੀ ਆ ਜਾਂ ਇਸਦਾ ਕੋਈ, ਜੇ ਆਪਾਂ ਲੌਜਿਕ ਵੇਖਿਆ ਜਾਵੇ ਤਾਂ ਲੌਜਿਕ ਨਿਕਲਦਾ ਨਹੀਂ, ਕੋਈ ਲੌਜਿਕ ਬਣਦਾ ਨਹੀਂ ਆ ਵੀ ਤੁਸੀਂ ਇਸ ਲਈ ਆਥੋਰਾਈਜੇਸ਼ਨ ਲਈ ਤੁਸੀਂ ਅਪਲਾਈ ਕਰੋ ਟਰੈਵਲ ਵਾਸਤੇ ਤੇ ਤੁਹਾਨੂੰ ਉਹ ਵੀਜ਼ਾ ਦੇ ਦੇਣ ਜਾਂ ਤੁਹਾਡੀ ਫਾਈਲ ਤੇ ਜਿਹੜਾ ਪ੍ਰੋਸੈਸਿੰਗ ਹੈ ਉਹ ਸਟਾਰਟ ਹੋ ਜਾਵੇ। ਬਟ ਇਹ ਸਾਰਾ ਕੁਛ ਪਤਾ ਕਰਨ ਲਈ ਆਪਾਂ ਅੱਜ ਤੋਂ ਕੋਈ 20-25 ਦਿਨ ਪਹਿਲਾਂ ਕੁਛ ਆਪਣੇ ਕੇਸ ਜਿਹੜੇ ਚੂਜ਼ ਕੀਤੇ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਅਪਲਾਈ ਕਰੋ। ਸੋ ਅਸੀਂ ਵੀ ਦੇਖਣਾ ਚਾਹੁੰਦੇ ਸੀ ਕਿ ਵਾਕਿਆ ਹੀ ਇਸ ਚੀਜ਼ ਦਾ ਕੋਈ ਫਰਕ ਪੈਂਦਾ ਆ ਉਹਦੀ ਪ੍ਰੋਸੈਸਿੰਗ ਦੇ ਉੱਪਰ ਕੇਸ ਦੀ ਜਾਂ ਨਹੀਂ। ਬਟ ਇਹਦੇ 'ਚ ਇੱਕ ਗੱਲ ਨਿਕਲ ਕੇ ਆਈ ਆ ਕਿ ਹਾਂ ਇਹਦੇ ਨਾਲ ਜਿਹੜਾ ਵਾ ਜਿਹੜੀ ਤੁਹਾਡੇ ਕੇਸ ਦੀ ਜਿਹੜੀ ਆਫ ਦਾ ਟੇਬਲ ਫਾਈਲ ਆ ਔਨ ਦਾ ਟੇਬਲ ਆ ਜਾਂਦੀ ਵੀਜ਼ਾ ਆਫੀਸਰ ਦੇ ਸਾਹਮਣੇ। ਤੇ ਜਿਹੜੇ ਕਾਫੀ ਹੱਦ ਤੱਕ ਸਾਰੀਆਂ ਫਾਈਲਸ ਦੇ ਵਿੱਚ ਤੇ ਨਹੀਂ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਬਟ ਉਹਨਾਂ 'ਚੋਂ ਕਾਫੀ ਮਤਲਬ ਜਿਹੜੇ ਆ ਉਹ ਡਿਸੀਜਨ, ਜਿਵੇਂ ਮੰਨ ਲਓ ਕਿ ਜੇ ਆਪਾਂ 6-7 ਫਾਈਲ ਦੇ ਵਿੱਚ ਕੀਤਾ ਸੀ ਤੇ ਉਹਦੇ ਵਿੱਚ ਤਕਰੀਬਨ 3 ਫਾਈਲ ਦੇ ਵਿੱਚ ਕੋਈ ਨਾ ਕੋਈ ਡਿਸੀਜਨ ਆਇਆ ਆ, ਜਿਨ੍ਹਾਂ ਦੇ ਵਿੱਚ 2 ਦੇ ਵਿੱਚ ਅਪਰੂਵਲ ਆਈ, ਸੋਰੀ 4 ਦੇ ਵਿੱਚ ਆਇਆ, 2 ਦੇ ਵਿੱਚ ਅਪਰੂਵਲ ਆਈ ਆ, 1 ਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਮਤਲਬ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਇਸ ਕਰਕੇ ਅਸੀਂ ਤੁਹਾਨੂੰ ਕੋਈ ਅਜੇ ਡਿਸੀਜਨ ਦੇ ਨਹੀਂ ਸਕਦੇ, ਤੁਹਾਨੂੰ ਆਥੋਰਾਈਜੇਸ਼ਨ ਨਹੀਂ ਦੇ ਸਕਦੇ। ਤੇ ਜਿਹੜਾ 4th ਆ ਉਹਦੇ ਵਿੱਚ ਰਿਫਿਊਜ਼ਲ ਆਈ ਆ, ਤੇ ਜਿਹੜੇ ਬਾਕੀ ਆ ਉਹ ਪੈਂਡਿੰਗ ਆ, ਉਹ ਅਸੀਂ ਵੇਟ ਕਰ ਰਹੇ ਹਾਂ ਵੀ ਉਹਨਾਂ ਦਾ ਕੀ ਬਣਦਾ। ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੇ, ਆਥੋਰਾਈਜੇਸ਼ਨ ਨਹੀਂ ਦੇ ਸਕਦੇ ਕਿਉਂਕਿ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਇਸ ਟਾਈਮ, ਉਹਨਾਂ ਦਾ ਵੀ ਵੀਜ਼ਾ ਆ ਗਿਆ ਆ। ਸੋ ਸ਼ਾਇਦ ਉਹਨਾਂ ਨੂੰ ਵੀ ਹੁਣ ਉਹ ਜੇ ਦੁਬਾਰਾ ਅਪਲਾਈ ਕਰਨਗੇ ਤਾਂ ਉਹਨਾਂ ਨੂੰ ਮਿਲ ਜੂਗੀ। ਸੋ ਜਿਹੜਾ ਕੰਕਲੂਜ਼ਨ ਉਹ ਇਹ ਆ ਕਿ ਇਹਦੇ ਨਾਲ ਇਹ ਤਾਂ ਗੱਲ ਠੀਕ ਆ ਜਦੋਂ ਤੁਸੀਂ ਲੈਟਰ ਅਪਲਾਈ ਕਰਦੇ ਜੇ ਆਥੋਰਾਈਜੇਸ਼ਨ ਲਈ ਅਪਲਾਈ ਕਰਦੇ ਜੇ, ਤੇ ਜਿਹੜੀ ਤੁਹਾਡੀ ਫਾਈਲ ਦੀ ਪ੍ਰੋਸੈਸਿੰਗ ਆ ਉਹ ਡੈਫੀਨੇਟਲੀ ਜਿਹੜੀ ਆ ਉਹ ਸਟਾਰਟ ਹੋ ਜਾਂਦੀ ਆ, ਤੇ ਵਿਦਇਨ ਦੀ 14 ਡੇਜ਼ ਤੁਹਾਡੇ ਚਾਂਸਸ ਹੁੰਦੇ ਆ ਕਿ ਕੋਈ ਨਾ ਕੋਈ ਡਿਸੀਜਨ ਆਊਗਾ। ਮਤਲਬ ਤੁਹਾਡਾ ਇਸ਼ਾਰਾ ਇਹ ਕਿ ਵੀ ਠੰਡੇ ਬਸਤੇ ਤੋਂ ਨਿਕਲ ਕੇ ਜੀ ਉੱਪਰ ਆ ਜਾਏਗੀ ਤੁਹਾਡੀ ਸਤਹ ਤੇ ਆ ਜਾਏਗੀ ਐਪਲੀਕੇਸ਼ਨ, ਤੇ ਕੋਈ ਨਾ ਕੋਈ ਉਹਨੂੰ ਦੇਖ ਕੇ ਰਿਵਿਊ ਕਰਕੇ ਡਿਸੀਜਨ ਲੈ ਲਏਗਾ, ਭਾਵੇਂ ਪਲੱਸ ਹੋ ਜਾਂ ਮਾਈਨਸ ਹੋ, ਅਪਰੂਵਲ ਜਾਂ ਡਿਸਅਪਰੂਵਲ, ਡਿਸੀਜਨ ਹੋਣ ਦੇ ਚਾਂਸਿਸ ਜ਼ਿਆਦਾ। ਮੈਨੂੰ ਇੱਕ ਗੱਲ ਇਹ ਦੱਸੋ ਕਿ ਜੋ ਇਹ ਟਰੈਵਲ ਆਥੋਰਾਈਜੇਸ਼ਨ ਦਾ ਇੱਕ ਫਾਰਮੂਲਾ ਹੈ ਜਿਹੜਾ ਫਿਕਸ ਫਾਰਮੂਲਾ 44, ਜਿਹਨਾਂ ਨੇ ਵੀ ਆਜ਼ਾਦ ਕੀਤਾ ਹੈ, ਇਹਦੇ ਵਿੱਚ ਕਿਹੜੇ ਕਿਹੜੇ ਬਹਾਨੇ, ਕਿਹੜੇ ਕਿਹੜੇ ਰੀਜ਼ਨ ਕਰ ਰਹੇ ਹੈ ਲੋਕ ਕਿ ਵੀ ਇਸ ਰੀਜ਼ਨ ਕਰਕੇ ਸਾਨੂੰ ਵੀ ਜਾਣ ਦਿਓ, ਆਥੋਰਾਈਜੇਸ਼ਨ ਛੇਤੀ ਦੇ ਦਿਓ? ਸਰ, ਇਹ ਫੈਮਿਲੀ ਰੀਯੂਨੀਅਨ ਵਾਸਤੇ ਜਾਂ ਮੇਨਲੀ ਕਿ ਅਸੀਂ ਸਾਡਾ ਜਿਹੜਾ ਸਪਾਊਸ ਆ ਉਹ ਕੈਨੇਡਾ ਦੇ ਵਿੱਚ ਆ ਤੇ ਉਹ ਇੰਨੇ ਟਾਈਮ ਤੋਂ ਅਸੀਂ ਅਲੱਗ ਰਹਿ ਰਹੇ ਹਾਂ ਤੇ ਅਸੀਂ ਹੁਣ ਉੱਥੇ ਜਾ ਕੇ ਮਤਲਬ ਇਕੱਠੇ ਟਾਈਮ ਆਪਣਾ ਸਪੈਂਡ ਕਰਨਾ ਚਾਹੁੰਦੇ ਜਾਂ ਆਪਣੇ ਪਾਰਟਨਰ ਦੇ ਕੋਲ ਜਾਣਾ ਚਾਹੁੰਦੇ, ਇਹੀ ਰੀਜ਼ਨ ਹੁੰਦਾ ਆ। ਜਾਂ ਕੁਛ ਕੇਸਿਸ ਹੁੰਦੇ ਆ ਜਿਹਦੇ ਵਿੱਚ ਜਿਵੇਂ ਹੁਣ ਇੱਕ ਰੀਸੈਂਟਲੀ ਜਿਹਦੀ ਮਤਲਬ ਮੈਨੂੰ ਬੜਾ ਇੰਟਰਸਟਿੰਗ ਕੇਸ ਆ, ਮੈਂ ਵੇਟ ਕਰ ਰਿਹਾ ਕਿ ਉਹਦੇ 'ਚ ਕੋਈ ਡਿਸੀਜਨ ਆਊਗਾ, ਕਿ ਵਾਈਫ ਦਾ ਇੱਥੇ ਆ ਕੇ ਮਿਸਕੈਰੇਜ ਹੋ ਜਾਂਦਾ ਆ, ਤੇ ਉਹਦੇ ਵਿੱਚ ਅਸੀਂ ਉਹ ਉਹਨਾਂ ਨੂੰ ਪਾਈ ਸੀ ਮਿਲ ਕਿ ਵੀ ਉਹ ਇਸ ਟਾਈਮ ਤੇ ਇਮੋਸ਼ਨਲੀ ਵੀ ਤੇ ਫਿਜ਼ੀਕਲੀ ਵੀ ਜਿਹੜੀ ਆ ਉਹਨੂੰ ਆਪਣੇ ਹਸਬੈਂਡ ਦੀ ਜ਼ਰੂਰਤ ਹੈ ਇੱਥੇ, ਉਹ ਪ੍ਰੈਜੈਂਟ ਹੋਵੇ ਉਹਦੇ ਨਾਲ, ਤੇ ਵੇਖੋ ਉਹਦੇ 'ਚ ਕੀ ਆਉਂਦਾ। ਬਾਕੀ ਜਿਹੜੇ ਰੈਸਟ ਆਫ ਦਾ ਕੇਸਿਸ ਆ ਉਹਨਾਂ ਦੇ ਵਿੱਚ ਤੇ ਸੇਮ ਹੀ ਹੁੰਦਾ ਕਿ ਜੀ ਆਹ ਸਾਡਾ ਜਿਹੜਾ ਸਪਾਊਸ ਆ ਉਹ ਇੱਥੇ ਆ ਤੇ ਅਸੀਂ ਉਹਦੇ ਕੋਲ ਜਾਣਾ ਆ ਤੇ ਉਹਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ, ਬਸ ਇਸ ਤੋਂ ਇਲਾਵਾ ਤੇ ਕੋਈ ਹੋਰ ਹਾਂ ਕੋਈ ਕੇਸ ਟੂ ਕੇਸ ਵੈਰੀ ਕਰਦਾ ਹੈ ਕਿ ਕਿਸੇ ਦੇ ਕੋਲ ਕੋਈ ਖਾਸ ਕੋਈ ਰੀਜ਼ਨ ਹੋਵੇ ਕੈਨੇਡਾ ਆਉਣ ਦਾ ਤੇ ਉਹ ਜ਼ਰੂਰ ਜਿਹੜਾ ਵਾ ਉਹਦੇ ਵਿੱਚ ਲੈਟਰ ਦੇ ਵਿੱਚ ਮੈਂਸ਼ਨ ਕਰ ਸਕਦਾ ਆ। ਬਟ ਇੱਥੇ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੂੰਗਾ ਕਿ ਇਹਦਾ ਅਪਲਾਈ ਕਰਨ ਦੇ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਇਹ ਲੈਟਰ ਅਪਲਾਈ ਕਰਤੀ ਤੇ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਇੱਥੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ ਕਿ ਇਹਦੇ ਨਾਲ ਸਿਰਫ ਤੁਹਾਡੀ ਜਿਹੜੀ ਫਾਈਲ ਆ ਉਹ ਜਿਹੜੀ ਠੰਡੇ ਬਸਤੇ 'ਚ ਪਈ, ਤੁਹਾਡੇ ਕਹਿਣ ਦੇ ਮੁਤਾਬਿਕ ਕਿ ਉਹ ਠੰਡੇ ਬਸਤੇ ਜਿਹੜੀ ਪਈ ਉਹ ਵੀਜ਼ਾ ਆਫੀਸਰ ਉਹਨੂੰ ਓਪਨ ਕਰੇਗਾ, ਤੁਹਾਡੀ ਫਾਈਲ ਵੇਖੇਗਾ
ਤੇ ਉਹਦੇ ਤੇ ਆਪਣਾ ਡਿਸੀਜਨ ਲਵੇਗਾ। ਉਹ ਰਿਫਿਊਜ਼ਲ ਵੀ ਹੋ ਸਕਦੀ ਆ ਤੇ ਉਹ ਅਪਰੂਵਲ ਵੀ ਹੋ ਸਕਦੀ ਆ। ਸੋ ਇਹ ਕੋਈ ਗਰੰਟੀ ਨਹੀਂ ਆ ਕਿ ਇਹਦੇ ਇਸ ਅਪਲਾਈ ਕਰਨ ਦੇ ਨਾਲ ਤੁਹਾਡਾ ਜਿਹੜਾ ਵਾ ਵੀਜ਼ਾ ਆ ਜਾਏਗਾ ਜਾਂ ਅਪਰੂਵਲ ਹੀ ਹੋਵੇਗੀ, ਰਿਫਿਊਜ਼ਲ ਵੀ ਆ ਰਹੀਆਂ। ਯਾ ਇਹਦਾ ਮਤਲਬ ਕੋਈ ਇਹ ਨਾ ਸੋਚੇ ਕਿ ਵੀ ਮੇਰੀ ਫਾਈਲ ਅਗਰ ਜੇ ਇੱਕ ਸਾਲ ਤੋਂ ਪੈਂਡਿੰਗ ਹੈ ਤੇ ਆਪਾਂ ਟਰੈਵਲ ਆਥੋਰਾਈਜੇਸ਼ਨ ਦਾ ਤੀਰ ਚਲਾ ਕੇ ਦੇਖ ਲਈਏ ਸ਼ਾਇਦ ਵੀਜ਼ਾ ਲੱਗ ਜਾਏ, ਇਹ ਉਲਟ ਕੰਮ ਵੀ ਹੋ ਸਕਦਾ, ਇਮੀਡੀਏਟਲੀ ਰਿਫਿਊਜ਼ਲ ਵੀ ਹੋ ਸਕਦਾ ਹੈ ਵੈਸੇ। ਹਾਂ ਜੀ ਹਾਂ ਜੀ, ਇਸ ਤਰ੍ਹਾਂ ਹੋਇਆ ਸਾਡੀ ਵੀ ਇੱਕ ਫਾਈਲ ਦੇ ਵਿੱਚ ਹੋਇਆ ਆ 5 ਤੋਂ 6 ਦਿਨ ਦੇ ਬਾਅਦ। ਵੈਸੇ ਉਹ ਟਾਈਮ ਦਿੰਦੇ 14 ਡੇਜ਼ ਦਾ, ਲੇਕਿਨ ਜਿਹੜਾ ਉਹਨਾਂ ਦਾ ਮੋਸਟਲੀ ਜਿਹੜੀਆਂ ਕੇਸਸ ਦੇ ਵਿੱਚ ਜਿਹੜਾ ਡਿਸੀਜਨ ਹੈ ਉਹ ਵਿਦ ਇਨ ਦੀ 8 ਡੇਜ਼ ਔਰ 10 ਡੇਜ਼ ਆ ਜਾਂਦਾ। ਔਰ ਜਿਹੜੀ 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 ਉਹ ਜਿਹੜੀ ਆਥੋਰਾਈਜੇਸ਼ਨ ਆਉਂਦੀ ਆ ਉਹ ਜਿਹੜੀ ਆ ਉਹ ਜਿਹੜਾ ਤੁਹਾਡਾ ਰੀਪ੍ਰੈਜੈਂਟੇਟਿਵ ਹੋਵੇ ਜਾਂ ਜਿਸ ਨਾਮ ਤੋਂ ਤੁਹਾਡੀ ਫਾਈਲ ਸਬਮਿਟ ਹੋਈ ਹੋਵੇ, ਮਤਲਬ ਜਿਸ ਅਕਾਊਂਟ ਤੋਂ, ਉਹ ਸਿੱਧੀ ਉਸ ਅਕਾਊਂਟ ਦੇ ਵਿੱਚ ਆਉਂਦੀ ਆ। ਜਿਸ ਅਕਾਊਂਟ ਤੋਂ ਤੁਸੀਂ ਈਮੇਲ ਕੀਤੀ ਆ ਉਸ ਅਕਾਊਂਟ ਦੇ ਵਿੱਚ ਨਹੀਂ ਆਉਂਦੀ। ਐਬਸੋਲੂਟਲੀ ਆਨਲਾਈਨ ਮੈਸੇਜਿੰਗ ਆਏਗਾ ਆਨਲਾਈਨ, ਮਤਲਬ ਇਹ ਨਹੀਂ ਕਿ ਜਿਵੇਂ ਹੁਣ ਆਪਣੀਆਂ ਪਾਸਪੋਰਟ ਰਿਕੁਐਸਟ ਆਈਆਂ ਤੇ ਪਾਸਪੋਰਟ ਰਿਕੁਐਸਟ ਦੇ ਨਾਲ ਹੀ ਉਹਦੀ ਆਥੋਰਾਈਜੇਸ਼ਨ ਵੀ ਆ ਗਈ। ਜੀ ਜੀ ਜੀ, ਚਲੋ ਥੈਂਕ ਯੂ ਵੈਰੀ ਮੱਚ ਫॉर योर ਟਾਈਮ ਤੇ ਫਿਰ ਕਰਦੇ ਹਾਂ ਦੇਖਦੇ ਹਾਂ ਕਿ ਇਹਦੇ ਚ ਇੱਕ ਗੱਲ ਮੈਂ ਐਡ ਕਰਨਾ ਚਾਹੁੰਗਾ ਕਿ ਹਰ ਕੋਈ ਇਸ ਚੀਜ਼ ਨੂੰ ਇਸ ਲੈਟਰ ਲਈ ਅਪਲਾਈ ਨਾ ਕਰੇ। ਉਹ ਕੌਣ ਲੋਕ ਹੈ ਜਿਨ੍ਹਾਂ ਨੂੰ ਅਪਲਾਈ ਕਰਨੀ ਚਾਹੀਦੀ ਹੈ, ਕਿਉਂਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਜਿਵੇਂ ਮੰਨ ਲਓ ਕਿਹਨਾਂ ਨੂੰ ਨਹੀਂ ਅਪਲਾਈ ਕਰਨੀ ਚਾਹੁੰਦੀ ਚਾਹੀਦੀ ਮੈਂ ਉਹ ਦੱਸ ਦਿੰਦਾ। ਹੁਣ ਮੰਨ ਲਓ ਕੋਈ ਇੱਥੇ ਸਟੂਡੈਂਟ ਆ ਤੇ ਇੱਕ ਸਟੂਡੈਂਟ ਇੱਥੇ ਆ ਤੇ ਐਪਲੀਕੈਂਟ ਜਿਹਨੇ ਅਪਲਾਈ ਕੀਤਾ ਹੋਇਆ ਕੇਸ ਉਹ ਇੰਡੀਆ ਆ। ਹੁਣ ਜਿਹੜਾ ਸਟੂਡੈਂਟ ਆ ਉਹਦਾ ਲਾਸਟ ਸਮੈਸਟਰ ਚੱਲ ਰਿਹਾ ਹੈ ਜਾਂ ਉਹਦੀ ਸਟੱਡੀ ਡਨ ਹੋ ਚੁੱਕੀ ਆ, ਅਜੇ ਉਹਦੇ ਕੋਲ ਜੋਬ ਨਹੀਂ, ਉਹਨੇ ਵਰਕ ਪਰਮਿਟ ਅਪਲਾਈ ਕੀਤਾ, ਉਹ ਤੇ ਉਹਨਾਂ ਲਈ ਤੇ ਇਹੀ ਵਧੀਆ ਆ ਕਿ ਉਹਨਾਂ ਦਾ ਜਿਹੜਾ ਕੇਸ ਆ ਉਹ ਇੱਕ ਸਾਈਡ ਤੇ ਪਿਆ ਰਵੇ, ਉਹਨੂੰ ਕੋਈ ਰਿਵਿਊ ਨਾ ਕਰੇ। ਕਿਉਂਕਿ ਜੇ ਇਸ ਟਾਈਮ ਵੀਜ਼ਾ ਆਫੀਸਰ ਉਹਨਾਂ ਦੇ ਕੇਸ ਨੂੰ ਰਿਵਿਊ ਕਰਦਾ ਹੈ ਤੇ ਡੈਫੀਨੇਟਲੀ ਉਹ 100% ਜਿਹੜਾ ਉਹ ਰਿਫਿਊਜ਼ਲ ਹੀ ਹੋਏਗਾ, ਕਿਉਂਕਿ ਉਹ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਉਹਨੂੰ ਉਹ ਫੁਲਫਿਲ ਨਹੀਂ ਕਰਦੇ ਕਿ ਉਹ ਫੁੱਲ ਟਾਈਮ ਸਟੂਡੈਂਟ ਵੀ ਨਹੀਂ ਆ ਜਾਂ ਉਹ ਲਾਸਟ ਸਮੈਸਟਰ ਦੇ ਵਿੱਚ ਆ ਜਾਂ ਉਹਨਾਂ ਦੇ ਕੋਲ ਅਜੇ ਜੋਬ ਨਹੀਂ ਆਈ। ਸੋ ਉਹ ਵੇਟ ਕਰਨ ਕਿ ਉਹਨਾਂ ਦੇ ਜਿਹੜੇ ਸਟੂਡੈਂਟ ਇੱਥੇ ਆ ਉਹ ਆਪਣੇ ਵਰਕ ਪਰਮਿਟ ਤੇ ਚਲੇ ਜਾਣ ਤੇ ਆਪਣੀ ਜੋਬ ਸਟਾਰਟ ਕਰ ਦੇਣ ਤੇ ਉਹ ਵੈਬ ਫਾਰਮ ਥਰੂ ਆਪਣੀਆਂ ਜਿਹੜੀਆਂ 3 ਪੇ ਸਟਬ ਜਾਂ ਨੌਕ 0A ਜਾਂ B ਦੀਆਂ ਉਹਦੀ ਜੋਬ ਲੈਵਲ ਦੀਆਂ ਜਿਹੜੀਆਂ ਉਹਨੂੰ ਉਹ ਅਪਡੇਟ ਕਰ ਦੇਣ ਥਰੂ ਵੈਬ ਫਾਰਮ ਤੇ ਉਸ ਤੋਂ ਬਾਅਦ ਚ ਫਿਰ ਅਪਲਾਈ ਕਰਨ। ਜੇ ਉਹਨਾਂ ਨੂੰ ਸਾਫ਼ ਦਿਖ ਰਿਹਾ ਆ ਕਿ ਸਾਡਾ ਜਿਹੜਾ ਸਟੱਡੀ ਪਰਮਿਟ ਆ ਉਹ ਖਤਮ ਹੋ ਰਿਹਾ ਆ ਤੇ ਜੇ ਉਹ ਇਸ ਟਾਈਮ ਤੇ ਉਹ ਅਪਲਾਈ ਕਰਦੇ ਆ ਤੇ ਜਦੋਂ ਵੀਜ਼ਾ ਆਫੀਸਰ ਉਹਨਾਂ ਦੀ ਫਾਈਲ ਓਪਨ ਕਰੂਗਾ ਤੇ ਉਹਨੇ ਦੇਖਣਾ ਕਿ ਇਹਨਾਂ ਦਾ ਲਾਸਟ ਸਮੈਸਟਰ ਆ, ਸੋ ਇਹਨਾਂ ਦੇ ਕੋਲ ਵੀਜ਼ਾ ਜ਼ਿਆਦਾ ਹੈ ਨਹੀਂ ਤੇ ਉਹਨੇ ਉਹਨਾਂ ਦਾ ਜਿਹੜਾ ਕੇਸ ਹੈ ਉੱਥੋਂ ਇੰਡੀਆ ਤੋਂ ਅਪਲਾਈ ਹੋਇਆ ਉਹ ਐਪਲੀਕੇਸ਼ਨ ਜਿਹੜੀ ਉਹ ਰਿਫਿਊਜ਼ ਕਰ ਦੇਣੀ। ਸੋ ਉਹ ਇਸ ਚੀਜ਼ ਨੂੰ ਨਾ ਅਪਲਾਈ ਕਰਨ, ਉਹ ਬੈਠੇ ਰਹਿਣ। ਜਿਹੜੇ ਦੂਸਰੇ ਆ ਕਿੰਨਾਂ ਨੂੰ ਚਾਹੀਦਾ ਹੈ ਕਿ ਅਪਲਾਈ ਕਰਨ, ਹੁਣ ਮੰਨ ਲਓ ਜਿਹਨਾਂ ਦਾ ਸੈਕਿੰਡ ਲਾਸਟ ਸਮੈਸਟਰ ਆ, ਇਸ ਤੋਂ ਬਾਅਦ 4th ਸਮੈਸਟਰ ਸਟਾਰਟ ਹੋ ਜਾਣਾ, ਉਹਨਾਂ ਨੂੰ ਚਾਹੀਦਾ ਹੈ ਕਿ ਹਾਂ ਉਹ ਹੁਣ ਅਪਲਾਈ ਕਰ ਦੇਣ। ਜਿਹਨਾਂ ਨੂੰ ਵੀਜ਼ਾ ਮਿਲਣਾ ਆ ਤੇ ਠੀਕ ਹੈ, ਉਹਨਾਂ ਨੂੰ ਮਿਲ ਜਾਵੇ। ਜੇ ਨਹੀਂ ਵੀ ਮਿਲਣਾ ਤੇ ਉਹ ਆਪਣੀ ਜਿਹੜੀ ਅਗਲੀ ਫਾਈਲ ਆ ਉਹਦੀ ਵਾਸਤੇ ਤਿਆਰੀ ਕਰ ਸਕਣ, ਜਾਂ ਉਹ ਲੋਕ ਜਿਹਨਾਂ ਦਾ ਜਿਹੜਾ ਵਰਕ ਪਰਮਿਟ, ਜਿਹੜੇ ਵਰਕ ਪਰਮਿਟ ਤੇ ਆ ਉਹਨਾਂ ਦੇ ਕੋਲ ਕਾਫੀ ਟਾਈਮ ਹੈ, ਉਹ ਜਦੋਂ ਚਾਹੇ ਮਰਜ਼ੀ ਉਹ ਆਪਣਾ ਜਿਹੜੀ ਲੈਟਰ ਆ ਉਹ ਅਪਲਾਈ ਕਰ ਸਕਦੇ। ਸੋ ਜਿਹਨਾਂ ਦਾ ਸਟੱਡੀ ਪਰਮਿਟ ਲਾਸਟ ਸਟੇਜ ਤੇ ਆ ਉਹ ਪਲੀਜ਼ ਇਹ ਜਿਹੜੀ ਲੈਟਰ ਆ ਇਹਦੇ ਵਾਸਤੇ ਆਥੋਰਾਈਜੇਸ਼ਨ ਲਈ ਅਪਲਾਈ ਨਾ ਕਰਨ। ਹੋ ਸਕਦਾ ਉਹਨਾਂ ਦੇ ਜ਼ਿਆਦਾ ਚਾਂਸਸ ਆ ਕਿ ਉਹਨਾਂ ਦੀ ਰਿਫਿਊਜ਼ਲ ਆਵੇ। ਜੀ, ਜੋ ਸਾਡਾ ਰਿਫਿਊਜ਼ਲ ਆਇਆ ਇੱਕ ਜਿਹੜਾ ਉਹਦੇ ਦੋ ਮਿੰਟ ਲੈ ਕੇ ਦੱਸ ਦੋਗੇ ਵੀ ਕੀ ਕਾਰਨ ਕਰਕੇ, ਕਿਹੜੇ ਕਾਰਨ ਕਰਕੇ ਉਹ ਵੀਜ਼ਾ ਰਿਫਿਊਜ਼ਲ ਆਇਆ ਹੈ? ਸਰ ਉਹਦੇ ਕੈਪਸ ਨੋਟ ਅਪਲਾਈ ਕੀਤੇ ਆ, ਬਟ ਉਹ ਸਾਡਾ ਮਤਲਬ ਇੱਕ ਕਾਫੀ ਸਟਰੋਂਗ ਕੇਸ ਸੀ ਜਿਹਨੂੰ ਅਸੀਂ ਕਹਿ ਸਕਦੇ ਸੀ ਕਿ ਜਿਸ ਤੋਂ ਸਾਨੂੰ ਉਮੀਦ ਸੀ ਕਿ ਸਾਡਾ ਵੀਜ਼ਾ ਹੀ ਆਵੇਗਾ, ਮਤਲਬ ਕਿ ਰਿਫਿਊਜ਼ਲ ਨਹੀਂ ਆਵੇਗੀ। ਉਹ ਸਾਨੂੰ ਖੁਦ ਮਤਲਬ ਬੜੀ ਹੈਰਾਨੀ ਹੈ ਤੇ ਮੈਨੂੰ ਬੜੀ ਕਿਉਰਿਓਸਿਟੀ ਵੀ ਆ ਕਿ ਮੈਂ ਜਲਦੀ ਤੋਂ ਜਲਦੀ ਕੈਪਸ ਨੋਟ ਵੇਖਾਂ ਕਿ ਉਹਦੇ ਵਿੱਚ ਵੀਜ਼ਾ ਆਫੀਸਰ ਨੇ ਕੀ ਰੀਜ਼ਨ ਪਾ ਕੇ ਉਸ ਐਪਲੀਕੈਂਟ ਨੂੰ ਰਿਫਿਊਜ਼ ਕੀਤਾ ਹੋਊਗਾ, ਕਿਉਂਕਿ ਉਹਦੀ ਰਿਫਿਊਜ਼ਲ ਦੇ ਕੋਈ ਚਾਂਸਸ ਨਹੀਂ ਸੀ। ਜਿਹੜੀ ਫਾਈਲ ਸੀ ਜਿਹਨੂੰ ਆਪਾਂ ਪਰਫੈਕਟ ਫਾਈਲ ਕਹਿ ਸਕਦੇ ਨਾ, ਉਹ ਇੱਕ ਪਰਫੈਕਟ ਫਾਈਲ ਸੀ, ਔਰ ਜਿਹੜੇ ਉਹ ਡਿਸੀਜਨ ਹੋਏ ਆ ਉਹ ਆਟੋਆ ਤੋਂ ਹੀ ਹੋਏ ਆ। ਸੋ ਮੈਂ ਇਹਨੂੰ ਇਹ ਵੀ ਕਾਫੀ ਕਲਾਇੰਟਸ ਤੋਂ ਪਤਾ ਲੱਗਾ ਜਾਂ ਉਹਨਾਂ ਦੇ ਜਿਹੜੇ ਫਰੈਂਡ ਸਰਕਲ 'ਚ ਕਿ ਜਿੰਨੀਆਂ ਵੀ ਰਿਫਿਊਜ਼ਲ ਆ ਰਹੀਆਂ ਆ ਉਹ, ਕਿਉਂਕਿ ਪਾਸਪੋਰਟ ਰਿਕੁਐਸਟ ਤੇ ਆਫਿਸ ਦਾ ਨਾਮ ਹੁੰਦਾ ਨਹੀਂ ਆ, ਸੋ ਜਿਹੜੀਆਂ ਰਿਫਿਊਜ਼ਲ ਆ ਉਹਨਾਂ ਤੇ ਸਾਰਿਆਂ ਤੇ ਹੀ ਆਟੋਆ ਜਿਹੜਾ ਇਹਨਾਂ ਦਾ ਆਫਿਸ ਆ ਉਹਦਾ ਹੀ ਐਡਰੈਸ ਸ਼ੋ ਹੋ ਰਿਹਾ। Yeah, that's good. Chalo, thank you very much for your input. Dosto, phir soch lo ki agar je tusi agar kise de behkaav vich aake tusi sochde ho ki bhi travel authorization apply kar diye shayad tukka lag jaye, it's not going to happen, kite kam ulta na ho jaye. So ek koi ye formula nahi hai ki bhi ye formula sare te lagu ho jayega. Kuch cases, specific cases vich haan kamyab ho sakda hai. Je tusi bhi agar discuss karna hai apne case de bare te zarur call kar sakde ho, appointment le sakde ho. ਤੁਹਾਨੂੰ ਵਧੀਆ ਕਾਨੂੰਨੀ ਰੀਅਲਿਸਟਿਕ ਪ੍ਰੈਕਟੀਕਲ ਸਲਾਹ ਮਿਲੇਗੀ ਜੋ ਅਸੀਂ ਰੋਜ਼ ਦੇਖਦੇ ਹਾਂ। ਸਾਡਾ ਕੰਮ ਹੀ ਮੇਰੇ ਖਿਆਲ 90% ਤੋਂ ਜ਼ਿਆਦਾ ਸਾਡਾ ਕੰਮ ਸਪਾਊਸ ਵੀਜ਼ਾ ਦਾ ਹੀ ਹੈ, ਕੇਸ ਫਾਈਲਿੰਗ, ਅੱਜ ਕੱਲ੍ਹ ਕੇਸ ਲੋਡ
ਸੋ ਅਗਰ ਇਸ ਤਰ੍ਹਾਂ ਦੀ ਤੁਹਾਡੀ ਕੋਈ ਐਪਲੀਕੇਸ਼ਨ ਹੈ ਪੈਂਡਿੰਗ, ਸੋ ਯੂ ਕੈਨ ਆਲਵੇਜ਼ ਹੈਵ ਅ ਲਿਟਲ ਅਪਰੇਜ਼ਲ ਚੈੱਕ ਵਿਦ ਅਸ ਐਂਡ ਦੇਖਦੇ ਹਾਂ ਫਿਰ ਕੀ ਨਿਕਲਦਾ ਹੈ. ਥੈਂਕ ਯੂ ਵੈਰੀ ਮੱਚ ਸੁਖਵੰਤ, ਆਈ ਵਿਲ ਟਾਕ ਟੂ ਯੂ ਲੇਟਰ. ਓਕੇ ਬਾਏ ਬਾਏ.